Hello friends, welcome back to RK Sneha World. Hope you all are fine. So ਅਸੀਂ ਕੱਲ੍ਹ ਗਏ ਸੀ ਤੀਆਂ 'ਤੇ ਅਤੇ ਉੱਥੇ ਬਹੁਤ ਜ਼ਿਆਦਾ ਮਜ਼ਾ ਕੀਤਾ. ਅਸੀਂ ਉੱਥੇ ਫ੍ਰੀ ਵਿੱਚ ਮਹਿੰਦੀ ਲਗਾਈ, ਫ੍ਰੀ ਵਿੱਚ ਨੇਲ ਐਕਸਟੈਂਸ਼ਨ ਕਰਵਾਇਆ ਅਤੇ ਬਹੁਤ ਸਾਰਾ ਖਾਣਾ ਖਾਧਾ ਅਤੇ ਡਾਂਸ ਕੀਤਾ, ਬਹੁਤ ਜ਼ਿਆਦਾ ਮਜ਼ਾ ਕੀਤਾ. ਅਤੇ ਤੁਹਾਨੂੰ ਪਤਾ ਅਸੀਂ ਅਪਰੋਕਸੀਮੇਟਲੀ ਉੱਥੇ 3-4 ਘੰਟੇ ਉੱਥੇ ਹੀ ਸੀ. ਅਸੀਂ 3 ਵਜੇ ਗਏ ਸੀ ਅਤੇ ਅਸੀਂ ਵਾਪਸ ਆਏ ਹਾਂ 7 ਵਜੇ. ਅਸੀਂ ਇੰਨਾ ਇੰਜੋਏ ਕੀਤਾ ਨਾ ਉੱਥੇ, ਅਸੀਂ ਆਪਣੇ ਫਰੈਂਡਸ ਨੂੰ ਮਿਲੇ, ਫਿਰ ਅਸੀਂ ਉੱਥੇ ਡਾਂਸ ਕੀਤਾ ਬਹੁਤ ਜ਼ਿਆਦਾ. ਉੱਥੇ ਮਤਲਬ ਵਧੀਆ ਫੈਸਿਲਿਟੀ ਹੈਗੀ ਸੀ ਕੂਲਰ ਕਲਰ ਦੀ, ਅਸੀਂ ਉਹਦੇ ਅੱਗੇ ਬੈਠੇ ਰਹੇ ਅਤੇ ਵਧੀਆ ਅਸੀਂ ਉੱਥੇ ਮਹਿੰਦੀ ਲਵਾਈ. ਪਤਾ ਡਾਂਸ ਕਰਦੇ ਨਾ ਮੇਰੀ ਥੋੜ੍ਹੀ ਜਿਹੀ ਮਹਿੰਦੀ ਵੀ ਫੈਲ ਗਈ ਸੀਗੀ, ਅਤੇ ਪਰ ਨੋ ਵਰੀਸ, ਮਜ਼ਾ ਕੀਤਾ, ਬਹੁਤ ਜ਼ਿਆਦਾ ਇੰਜੋਇਮੈਂਟ ਕੀਤਾ, ਬਹੁਤ ਮਜ਼ਾ ਆਇਆ. ਫਿਰ ਸਨੇਹਾ ਨੇ ਵੀ ਨੇਲ ਐਕਸਟੈਂਸ਼ਨ ਕਰਵਾਈ. ਪਤਾ ਪਹਿਲੀ ਵਾਰ ਉਹਨੇ ਐਕਸਟੈਂਸ਼ਨ ਕਰਵਾਈ ਹੈ ਅਤੇ ਉਹਨੇ ਕਲਰ ਪੇਂਟ ਕਰਵਾਇਆ ਹੈਗਾ ਪਿੰਕ ਐਂਡ ਵਾਈਟ ਅਤੇ ਨਾਲੇ ਸਿਲਵਰ. ਇੰਨਾ ਜ਼ਿਆਦਾ ਪਿਆਰਾ ਲੱਗ ਰਿਹਾ ਨਾ ਨੇਲ ਐਕਸਟੈਂਸ਼ਨ, ਸਨੇਹਾ ਦਾ ਸਭ ਤੋਂ ਜ਼ਿਆਦਾ ਸੋਹਣਾ ਹੋਇਆ. ਪਤਾ ਮੈਂ ਉਹਨੂੰ ਇਹ ਵੀ ਕਿਹਾ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਂ ਵੀ ਓਵਲ ਦੀ ਸ਼ੇਪ ਕਰਵਾਉਣੀ ਹੈ ਨੇਲਸ ਦੀ, ਪਰ ਉਹ ਕਹਿੰਦੇ ਥੋੜ੍ਹੇ ਥੋੜ੍ਹੇ ਤੁਸੀਂ ਛੋਟੇ ਨੇਲਸ ਕਟਵਾ ਲਈ ਨਾ ਤਾਂ ਇਹ ਵਾਲੀ ਨਹੀਂ ਹੋਣੀ. ਸੋ ਬਹੁਤ ਮਜ਼ਾ ਕੀਤਾ ਸੀ ਉਹ. ਸੋ ਇਹ ਵਾਲੇ ਮੇਰੇ ਨੇਲਸ ਸੀ, ਆਫਕੋਰਸ ਮੇਰੇ ਵੀ ਨੇਲਸ ਬਹੁਤ ਸੋਹਣੇ ਆ. ਮੈਂ ਵੀ ਬਹੁਤ ਸੋਹਣੇ ਸੋਹਣੇ ਕਲਰ ਕਰਵਾਏ ਸੀਗੇ, ਉੱਪਰ ਸਪਾਰਕਲਿੰਗ ਲਵਾਈ ਸੀ. ਫਿਰ ਉਸ ਤੋਂ ਬਾਅਦ ਥੋੜ੍ਹੀ ਦੇਰ ਅਸੀਂ ਇੱਧਰ ਵੇਖਿਆ, ਇੱਧਰ ਨਾ ਐਗਜੀਬਿਸ਼ਨ ਲੱਗੀ ਹੋਈ ਸੀ ਸੂਟਾਂ ਦੀ. ਫਿਰ ਮੰਮਾ ਨੇ ਉੱਥੇ ਜਾ ਕੇ ਸੂਟਾਂ ਦੀ ਐਗਜੀਬਿਸ਼ਨ ਵੇਖੀ, ਅਤੇ ਤੁਹਾਨੂੰ ਪਤਾ ਮੈਨੂੰ ਤਾਂ ਸੂਟਸ ਦਾ ਸ਼ੌਂਕ ਨਹੀਂ ਹੈਗਾ ਅਤੇ ਇੱਦਾਂ ਹੀ ਮੈਂ ਵੇਖੀ ਜਾ ਕੇ, ਪਰ ਮੰਮਾ ਨੇ ਵੇਖੀ ਸੀ. ਮੈਂ ਥੋੜ੍ਹੀ ਜਿਹੀ ਵੀਡੀਓ ਬਣਾਈ ਸੀ ਉੱਥੇ ਅਤੇ ਬਸ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਉੱਥੇ ਆਪਣੇ ਫਰੈਂਡਸ ਨੂੰ ਵੀ ਮਿਲੀ. ਫਿਰ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ, ਅਸੀਂ ਉੱਥੇ ਗਿੱਧਾ ਪਾਇਆ, ਬੋਲੀਆਂ ਪਾਈਆਂ, ਡਾਂਸ ਕੀਤਾ ਅਲੱਗ ਅਲੱਗ ਸੌਂਗਸ ਦੇ ਉੱਤੇ. ਅਤੇ ਆਫਕੋਰਸ ਕੱਲ੍ਹ ਦਾ ਦਿਨ ਬਹੁਤ ਵਧੀਆ ਸੀ ਅਤੇ ਅਸੀਂ ਬਹੁਤ ਜ਼ਿਆਦਾ ਇੰਜੋਇਮੈਂਟ ਵੀ ਕੀਤੀ. So bye bye, thanks for watching and do subscribe our channel on YouTube.